ਧੂਤੀ ਬੋਲੇ ਸ਼ਹਿਰ ਧਾਰੀ ਵਾਜ, ਕਹਿੰਦਾ ਛੋਲੇ ਕੁਲਚੇ ਸਵਾਦ ਠੰਡੀ ਖੂਹੀ ਦੇ ਜ਼ਰੂਰ ਹੈ, ਤੇ ਗੋਲ ਗੱਪਿਆਂ ਦੇ ਵਿੱਚ ਬੱਬੂ ਹੀ ਮਸ਼ਹੂਰ ਹੈ, ਤੇ ਗੋਰਖਿਆਂ ਤੋਂ ਹਰ ਚੀਜ਼ ਮਿਲਦੀ ਸਫਾਈ ਦੀ, ਬਰਫੀ ਮਸ਼ਹੂਰ ਬੜੀ ਕਸਤੂਰੀ ਹਲਵਾਈ। ਕਹਿੰਦਾ ਰੇਟ ਭਾਵੇਂ ਫਿਕਸ ਦਾਵਾ ਕਰਨ ਚੀਜ਼ ਚੰਗੀ ਦਾ, ਕੱਪੜਾ ਮਸ਼ਹੂਰ ਰਾਮਦਾਸੀਆਂ ਤੇ ਜੰਗੀ ਦਾ, ਟੇਲਰ ਸ਼ਤੀਸ ਝੰਡਾ ਗੱਡਿਆਂ ਨਾਲ ਡਿੱਗਦਾ, ਤੇ ਫੋਟੋਗ੍ਰਾਫਰੀ ਚ ਨਾਮ ਚੱਲੇ ਸ਼ਿਵ ਦਾ। ਕਹਿੰਦਾ ਲੈਬ ਚੱਲੇ ਡੋਗਰੇ ਦੀ ਪੂਰੀ ਰੱਬ ਦੀ ਮਿਹਰ ਆ, ਤੇ ਚੀਰ ਫਾੜ ਵਿੱਚ ਡਾਕਟਰ ਢਿੱਲੋਂ ਦਲੇਰ ਆ, ਤੇ ਫੈਨਸ ਕਰਨ ਨੂੰ ਨਾਮ ਸੱਭਰਵਾਲ ਵੀਰੇ ਦਾ, ਤੇ ਮੈਡੀਕਲ ਸਟੋਰ ਜ਼ਿਆਦਾ ਚੱਲੇ ਮਿੰਟੇ ਧੀਰੇ ਦਾ। ਕਹਿੰਦਾ ਦਾਲ ਮੱਖਣੀ ਪਨੀਰ ਜਿਹੜਾ ਇੱਕ ਵਾਰੀ ਖਾਊਗਾ, ਤੇ ਦੂਜੀ ਵਾਰੀ ਕੇਵਲ ਦੇ ਢਾਬੇ ਤੇ ਹੀ ਜਾਊਗਾ, ਨਹਿਰ ਦੀ ਕਪੂਰ ਕਰੇ ਪੱਗਾਂ ਦੀ ਰੰਗਾਈ ਆ, ਤੇ ਬੇਕਰੀ ਦੇ ਵਿੱਚ ਪੂਰੀ ਰਾਮੇ ਦੀ ਚੜ੍ਹਾਈ। ਕਹਿੰਦਾ ਬੀਜ ਤੇ ਪਨੀਰੀ ਮਿਲੇ ਸੂਦਾਂ ਦੀ ਦੁਕਾਨ ਤੋਂ, ਅਮਰਨਾਥ ਦੀ ਪਛਾਣ ਬਣੀ ਪੰਸਾਰੀ ਦੇ ਸਮਾਨ ਤੋਂ, ਤੇ ਸਾਹਾਂ ਦਾ ਫਿਊਲ ਪੰਪ ਮੁਕਾਬਲਾ ਨਾ ਕੋਈ ਆ, ਵਰਲਡ ਚ ਮਸ਼ਹੂਰ ਬੜੀ ਧਾਰੀਵਾਲ ਦੀ ਲੋਈ ਹੋਈ ਹੈ। ਕਹਿੰਦਾ ਥੋੜੇ ਕੇ ਸਮੇਂ ਚ ਨਾਮ ਭੱਟੀ ਨੇ ਬਣਾਇਆ ਏ, ਪਲਾਈ ਬੁੱਢ ਲੱਕੜ ਚ ਮੰਗਾ ਪੂਰਾ ਛਾਇਆ ਏ, ਤੇ ਦੋਹਾਂ ਦੇ ਵਿਚਾਲੇ ਬੰਦਾ ਸੋਹਣੇ ਕੱਦ ਕਾਠਦਾ, ਤੇ ਡਡਵਾਂ ਚ ਨਾਮ ਚੱਲੇ ਉਸਤਾਦ ਮੇਰੇ ਬਾਠ ਦਾ। ਕਹਿੰਦਾ ਰਸ ਜ਼ਿਆਦਾ ਵੇਖਣਾ ਦੁਕਾਨ ਬੋਵੀ ਨਾਈ ਦੀ, ਸਦਾ ਬੰਦ ਵੇਖਣੀ ਤੇ ਸੋਨੂ ਹਲਵਾਈ ਦੀ, ਠੰਡਾ ਜ਼ਿਆਦਾ ਸੇਲ ਹੁੰਦਾ ਸਾਬੇ ਮੇਰੇ ਯਾਰ ਦਾ, ਤੇ ਖਾਰਾ ਜ਼ਿਆਦਾ ਵਿਕਦਾ ਹਕੀਮ ਗੁਲਜ਼ਾਰ ਦਾ। ਕਹਿੰਦਾ ਲਿਖੇ ਭਾਵੇਂ ਘੱਟ ਗੱਲ ਟਿਕਾਣੇ ਹਰ ਲਾਈ ਆ, ਤੇ ਪਾਲੇ ਦੀਆਂ ਬੋਲਾਂ ਵਿੱਚ ਪੂਰੀ ਸੱਚਾਈ ਆ, ਲਿਖਦਿਆਂ ਲਿਖਾਉਂਦਿਆਂ ਹੀ ਸਾਹ ਜਦੋਂ ਰੁਕ ਜੂ, ਤੇ ਰਸ਼ਪਾਲ ਸਿਆਂ ਕਲਮ ਤੇਰੀ।